ਵੀਰ ਜੀ, ਮੇਰਾ ਨਾਮ ਕਰਮਜੀਤ ਹੈ। ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਹਾਂ ਅਤੇ ਮੇਰੇ ਕੁਲਦੀਪ ਸਿੰਘ ਹਸਬੈਂਡ, ਉਹਨਾਂ ਦਾ ਨਜਾਇਜ਼ ਸੰਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ। ਉਹ ਵੀ ਮਤਲਬ ਗੱਲਬਾਤ ਕਰਦੇ ਸੀ, ਮੈਂ ਉਹਨਾਂ ਨੂੰ ਰੋਕਦੀ ਰਹੀ ਹਾਂ ਕਿ ਤੁਸੀਂ ਇਹ ਕੰਮ ਨਾ ਕਰੋ, ਆਪਣੀ ਧੀ ਪੁੱਤ ਵੀ ਮਤਲਬ ਗੱਭਰੂ ਉਹਨਾਂ 'ਤੇ ਵੀ ਅਸਰ ਮਾੜਾ ਪਊਗਾ। ਇਹਨਾਂ ਨੇ ਮੇਰੀ ਕੁਛ ਨਾ ਮੰਨੀ। ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ, ਚਲੋ ਮੈਂ ਕਿਹਾ ਹਟ ਜਾਣਗੇ। ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ, ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾ ਗਾ। ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10,000 ਰੁਪਇਆ ਪਵਾਇਆ, ਫਿਰ ਉਸ ਤੋਂ ਬਾਅਦ ਕਹਿੰਦੀ ਮੈਨੂੰ ਹੋਰ ਪੈਸੇ ਚਾਹੀਦੇ ਆ। ਉਹ ਇਹਨੇ ਮੁੜ ਕੇ ਇੱਥੇ LED ਮੰਗੀ, ਮੈਨੂੰ ਕਹਿੰਦੇ LED ਦੇ ਮੈਨੂੰ, ਅਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ, ਉਹ ਪੈਸੇ ਮੰਗਦੀ ਆ LED ਦੇ। ਅਤੇ ਮੈਂ ਕਿਹਾ ਨਹੀਂ ਵੀ LED ਵੀ ਤੇਰੀ ਅਤੇ ਘਰ ਵੀ ਤੇਰਾ, ਬੱਚੇ ਵੀ ਤੇਰੇ, ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾ ਗਾ, ਤੂੰ ਮੈਨੂੰ ਦੱਸ ਕੀ ਆ। ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ, ਅਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਊਂਗਾ, ਮੈਨੂੰ ਪੈਸੇ ਚਾਹੀਦੇ ਆ। ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ, ਮੈਨੂੰ ਹੁਣੇ ਚਾਹੀਦੇ ਆ। 10,000 ਤਿੰਨ ਦਿਨ ਪਹਿਲਾਂ ਉਹਨੂੰ ਪਾ ਕੇ ਹਟਿਆ ਸੀਗਾ, ਉਹ ਪੈਸਾ ਖਾਣ ਵਾਲੀ ਜਨਾਨੀ ਆ। ਫਿਰ ਉਹਨੂੰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ, ਮੇਰੇ ਨਾਲ ਕੁੱਟਮਾਰ ਕੀਤੀ ਇਹਨੇ, ਮੈਨੂੰ ਖਿੱਚਿਆ ਧੋਇਆ ਅਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ। ਅਸੀਂ ਕਿਸੇ ਦੇ ਘਰ ਜਾ ਕੇ ਆਪਦੀ ਜਾਨ ਬਚਾਈ ਆ। ਇਹਨੇ ਬਾਅਦ 'ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ। ਮੇਰਾ ਇਸ ਟਾਈਮ ਮੇਰੇ ਕੋਲ ਕੁਛ ਨਹੀਂ ਗਾ, ਮੇਰੇ 3 ਬੱਚੇ ਹੀ ਆ ਵੀਰ ਜੀ ਮੇਰੇ ਕੋਲ, ਨਾ ਸੌਣ ਨੂੰ ਤੇ ਭੈਣ ਨੂੰ ਕੁਛ। ਜਿਹੜਾ ਆਸ਼ਕੀ ਦਾ ਭੂਤ ਸਵਾਰ, ਇਹਦੇ ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ। ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ। ਹਾਂਜੀ, ਘਰ ਹੀ ਫੂਕਤਾ ਹੈ, ਕੋਈ ਚਿੰਤਾ ਨਹੀਂ ਕਰਦੀ, ਕੋਈ ਇਹਨੂੰ ਘਰ ਚਿੰਤਾ ਨਹੀਂ ਸੀ। ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਛ। ਮੇਰੀ ਧੀ ਮਟਿਆਰ, ਮੈਂ ਤਾਂ ਦਾਜ ਬਣਾਇਆ ਸੀ, ਉਹ ਵੀ ਇਹਨੇ ਸਾੜਤਾ ਹੈ, ਸਾਰਾ ਤਬਾਹ ਕਰਤਾ ਇਹ। ਸ਼ਰਾਬ ਪੀ ਕੇ ਸਾਰਾ ਕੁਛ ਕੀਤਾ ਵੀਰ ਜੀ ਇਹਨੇ। ਉਹ ਜਨਾਨੀ ਪੈਸਾ ਹੀ ਮੰਗੀ ਜਾਂਦੀ, ਪੈਸੇ ਮੰਗੀ ਜਾਂਦੀ, ਕਹਿੰਦੀ ਪੈਸਾ ਲੈ ਕੇ ਦੇ, ਮੈਨੂੰ ਥਾਂ ਥੱਥਾ ਲੈ ਕੇ ਦੇ, ਇੱਥੋਂ ਤੱਕ ਅਸੀਂ ਗਰੀਬ ਘਰ ਆ ਵੀਰ ਜੀ, ਕਿੱਥੋਂ ਦੇਜੇ। ਹੋ ਗਏ ਸੀ ਵੀਰ ਜੀ 3-4 ਮਹੀਨੇ ਹੋਏ ਸੀ ਇਸ ਗੱਲ ਨੂੰ। ਹਾਂਜੀ, ਪੈਸਿਆਂ ਦੀ ਮੰਗ ਕਰਦੀ ਸੀ, ਕਹਿੰਦੀ ਮੈਨੂੰ ਪੈਸੇ ਚਾਹੀਦੇ, ਮੈਨੂੰ, ਮੈਂ ਥਾਂ ਥੱਥਾ ਲੈ ਕੇ ਦੇ। ਕਹਿੰਦੀ ਆਪਦੇ ਬੱਚਿਆਂ ਨਾਲ ਤੂੰ ਗੱਲ ਵੀ ਨੀ ਕਰਨੀ ਫੋਨ ਤੇ, ਨਾ ਤੂੰ ਘਰੇ ਜਾਣਾ, ਨਾ ਤੂੰ ਰੋਟੀ ਪਾਣੀ ਖਾਣਾ। ਉਹਨੇ ਇਹੋ ਜਿਹਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ, ਤੂੰ ਘਰੇ ਨੀ ਜਾਣਾ ਗਾ, ਤੂੰ ਮੇਰਾ ਤੇ ਮੇਰਾ ਹੀ ਬਣ ਕੇ ਰਹਿ। ਤੇ ਵੀਰ ਜੀ ਇਹਨੂੰ, ਇਹ ਜਨਾਨੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਮੇਰੀ ਹੱਥ ਜੋੜ ਕੇ ਬੇਨਤੀ, ਇਹ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ ਹੈ। ਕਿੰਨੇ ਕੁ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ? ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ, ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ ਕਰਕੇ ਮੈਨੂੰ ਦਿੱਤਾ ਸੀਗਾ ਮਸਾਂ। ਹਾਂ, ਸਾਰੇ ਕੱਪੜੇ ਵੀ ਮੇਰੇ ਹਾਰ ਸਿਆਲ ਵਾਲੇ ਸਾਰੇ ਸੱਦ ਕਰੇ, ਤਣ ਦੇ ਕੱਪੜੇ ਵੀ ਉਹ ਵੀ ਸਾਰੇ ਉਹੋ ਹੀ ਰਹਿ ਗਏ ਆ, ਕੁਛ ਨੀ ਗਾ। ਮੇਰੀ ਸਰਕਾਰ ਮੂਹਰੇ ਇਹੀ ਬੇਨਤੀ, ਮੇਰੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ, ਮੇਰੇ 3 ਬੱਚੇ ਮੈਂ ਕਿੱਥੇ ਲੈ ਕੇ ਜਾਊਂਗੀ। ਹਾਂਜੀ, ਸਭ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਦੋਨਾਂ ਤੇ ਹੋਣੀ ਚਾਹੀਦੀ, ਇਕੱਲੇ ਤੇ ਨੀ ਹੋਣੀ ਚਾਹੀਦੀ, ਨਾਲ ਜਨਾਨੀ ਦੇ ਵੀ ਕੁੱਟਮਾਰ ਹੋਣੀ ਚਾਹੀਦੀ, ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ। ਹਾਂਜੀ, ਇਸ ਔਰਤ ਨੇ, ਹਾਂਜੀ ਪਹਿਲਾਂ ਵਿਆਹੀ ਹੈ, ਰੰਡੀ ਹੈ। ਹਾਂਜੀ ਹਾਂਜੀ, ਵਿਆਹੀ ਸੀਗੀ। ਹਾਂਜੀ, ਸਖ਼ਤ ਕਾਰਵਾਈ ਕੀਤੀ ਚਾਹੀਦੀ ਹੈ ਇਹਦੇ ਤੇ। ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਮ ਦੇ ਆਈ ਹੈ, ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ, ਇਹਦੀ 40 ਸਾਲ ਉਮਰ ਆ, ਉਹਦੇ ਕਿਸੇ ਔਰਤ ਨਾਲ ਸੰਬੰਧ ਸੀ, ਉਹਦੀ ਘਰ ਲਈ ਇਸੇ ਗੱਲ ਤੋਂ ਪੁਲਿਸ ਕਰਦੀ ਸੀ। ਇਹ 13-4 ਦੀ ਰਾਤ ਨੂੰ 9:30 ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟਮਾਰ ਨਾ ਕਰੇ। ਇਹਨੇ ਘਰ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ, ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ। ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕੌਰ ਦੀ ਸਟੇਟਮੈਂਟ 'ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ FIR ਨੰਬਰ 58 ਦਰਜ ਕੀਤੀ ਹੈ, ਇਹਨੂੰ ਅਸੀਂ ਅਰੈਸਟ ਕਰਨਾ। ਹਾਂਜੀ, ਫਿਲਹਾਲ ਤਫਤੀਸ਼ ਜਾਰੀ ਹੈ।